ਸਸਿਕਾ ਦੋਸਤੋ ਮੈਡੀਸਨ ਐਕਸਪਲੇਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਤਾਂਬੇ ਦੇ ਬੱਤਨ ਵਿੱਚ ਪਾਣੀ ਪੀਣ ਦੇ ਸਾਨੂੰ ਕੀ ਕੀ ਫਾਇਦੇ ਹਨ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਉਹਨਾਂ ਵਾਲੇ ਸਾਰੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਦੋਸਤੋ ਤੁਸੀਂ ਵੇਖਿਆ ਹੋਵੇਗਾ ਕਿ ਪੁਰਾਣੇ ਬਜ਼ੁਰਗ ਜੋ ਪੁਰਾਣੇ ਲੋਕ ਸਨ ਉਹ ਰਾਤੀ ਸੌਣ ਲੱਗਿਆਂ ਆਪਣੇ ਸਰਾਣੇ ਕੋਲ ਤਾਂਬੇ ਦੀ ਗੜਵੀ ਵਿੱਚ ਪਾਣੀ ਰੱਖਦੇ ਸਨ ਤੇ ਸਵੇਰੇ ਉੱਠਦਿਆਂ ਸਾਰ ਉਹ ਪਾਣੀ ਦਾ ਇਸਤੇਮਾਲ ਕਰਦੇ ਸਨ ਤੇ ਦੋਸਤੋ ਕਿਉਂ ਕਰਦੇ ਸਨ ਉਹ ਪਤਾਂਬੇ ਦੇ ਪਾਣੀ ਦਾ ਇਸਤੇਮਾਲ ਤਾਂਬੇ ਦੇ ਬਰਤਨ ਵਿੱਚ ਰੱਖਿਆ ਪਾਣੀ ਹੀ ਕਿਉਂ ਸਵੇਰੇ ਪੀਂਦੇ ਸਨ ਤੋਂ ਆਏ ਗੱਲ ਕਰਦੇ ਹਾਂ ਇਸ ਬਾਰੇ ਦੋਸਤੋ ਤਾਂਬੇ ਦੇ ਬੱਤਨ ਵਿੱਚ ਜੇਕਰ ਆਪਾਂ ਪਾਣੀ ਰੱਖ ਕੇ ਸਵੇਰੇ ਉਸ ਦਾ ਸੇਵਨ ਕਰਦੇ ਹਾਂ ਤਾਂ ਉਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਉਸ ਨਾਲ ਸਾਡਾ ਪਾਚਨ ਤੰਤਰ ਜੋ ਹੈ ਉਹ ਬਿਲਕੁਲਦਰੁਸਤ ਰਹਿੰਦਾ ਹੈ ਦੋਸਤੋ ਤਾਂਬੇ ਦੇ ਬੱਤਨ ਵਿੱਚ ਪਾਣੀ ਰੱਖ ਕੇ ਪੀਣ ਨਾਲ ਹਾਟੈਕ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ ਦੋਸਤੋ ਤਾਂਬੇ ਦੇ ਪਤਨ ਵਿੱਚ ਜੇਕਰ ਅਸੀਂ ਪਾਣੀ ਪੀਂਦੇ ਹਾਂ ਤਾਂ ਫੋੜੇ ਫਿੰਸੀ ਤੇ ਸਕਿੰਦੇ ਰੋਗ ਚਮੜੀ ਦੇ ਰੋਗ ਜੋ ਹੁੰਦੇ ਹਨ ਉਹ ਬਿਲਕੁਲ ਹੀ ਦੂਰ ਹੋ ਜਾਂਦੇ ਹਨ ਦੋਸਤੋ ਸਰੀਰ ਦੀ ਸਫਾਈ ਹੋ ਜਾਂਦੀ ਹੈ ਇਸ ਨਾਲ ਕਿਡਨੀ ਲੀਵਰ ਬਿਲਕੁਲ ਹੀ ਤੰਦਰੁਸਤ ਰਹਿੰਦਾ ਹੈ ਜੇਕਰ ਅਸੀਂ ਤਾਂਬੇ ਦੇ ਬੱਤਨ ਵਿੱਚ ਪਾਣੀ ਪੀਂਦੇ ਹਨ ਤੇ ਸਕਿਨ ਦਾ ਇਫੈਕਸ਼ਨ ਬਿਲਕੁਲ ਹੀ ਨਹੀਂ ਹੁੰਦਾ ਤਾਂਬੇ ਦੇ ਬੱਤਨ ਵਿੱਚ ਪਾਣੀ ਪੀਂਦੇ ਨਾਲ ਪੇਟ ਦਰਦ ਕਬਜ਼ ਜੈਸੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਅਤੇ ਸਾਡਾ ਪੇਟ ਬਿਲਕੁਲ ਹੀ ਸਹੀ ਤਰ੍ਹਾਂ ਸਾਫ਼ ਹੁੰਦਾ ਹੈ ਦੋਸਤੋ ਅਮਰੀਕਨ ਸੁਸਾਇਟੀ ਕੈਂਸਰ ਨੇ ਕਿਹਾ ਹੈ ਕਿ ਤਾਂਬੇ ਦੇ ਬੱਤਨ ਵਿੱਚ ਪਾਣੀ ਪੀਣ ਨਾਲ ਕੈਂਸਰ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਕਿਉਂਕਿ ਤਾਂਬੇ ਦੇ ਵਿੱਚ ਕੈਂਸਰ ਰੋਗੀ ਜੋ ਤੱਤ ਹੈ ਉਹ ਪਾਏ ਜਾਂਦੇ ਹਨ ਦੋਸਤੋ ਜੇਕਰ ਸਰੀਰ ਵਿੱਚ ਐਥਨ ਜਾਂ ਜੋੜਾਂ ਦੀ ਸਮੱਸਿਆ ਹੈ ਜਾਂ ਸਵੇਲਿੰਗ ਦੀ ਸਮੱਸਿਆ ਹੈ ਤਾਂ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣਾ ਇਹ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਜੇਕਰ ਡਾਇਰੀਆ ਤੇ ਪੀਲੀਆ ਰੋਗ ਹੈ ਤਾਂ ਜਿਸ ਨੂੰ ਵੀ ਤਾਂਬੇ ਦਾ ਬਰਤਨ ਚ ਪਾਣੀ ਪੀਣਾ ਉਹ ਵੀ ਖਤਮ ਹੋ ਜਾਂਦਾ ਇਸ ਨਾਲ ਹਾਨੀ ਕਰਕ ਬੈਕਟੀਰੀਆ ਜੋ ਸਾਡੇ ਸਰੀਰ ਵਿੱਚ ਬਿਮਾਰੀਆਂ ਪੈਦਾ ਕਰਦੇ ਹਨ ਉਹ ਵੀ ਬਾਹਰ ਪਿਸ਼ਾਬਸਾਣੀ ਨਿਕਲ ਜਾਂਦੇ ਹਨ ਦੋਸਤੋ ਸਰੀਰ ਦੇ ਅੰਦਰ ਜੋ ਕਾਪਰ ਦੀ ਕਮੀ ਹੁੰਦੀ ਹੈ ਸਾਡੀ ਉਹ ਵੀ ਤਾਂਬੇ ਦੇ ਬਰਤਨ ਚ ਪਾਣੀ ਪੀਣਾ ਪੂਰੀ ਹੋ ਜਾਂਦੀ ਹੈ ਤਾਂਬੇ ਦੇ ਬਰਤਨ ਚ ਪਾਣੀ ਪੀਣਾ ਜਾਦਾਸਤ ਤੇਜ ਹੁੰਦੀ ਹੈ ਅਤੇ ਸਾਡਾ ਜੋ ਦਿਮਾਗ ਹੈ ਉਸ ਦੀ ਸੋਚਣ ਦੀ ਸਮਰੱਥਾ ਉਸ ਦੀ ਜਾਦਕਸ਼ਤ ਜੋ ਹੈ ਉਹ ਵਧੀ ਹੈ ਦੋਸਤੋ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਦੇ ਨਾਲ ਡਾਈਜੈਸਟਿਵ ਸਿਸਟਮ ਜੋ ਹੈ ਸਾਡਾ ਬਿਲਕੁਲ ਹੀ ਸਹੀ ਰਹਿੰਦਾ ਹੈ ਤੇ ਬੁਰੇ ਜਿਹੜੇ ਫੈਟ ਹੈ ਉਹ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ वजन ਵੀ ਘਟ ਹੁੰਦਾ ਹੈ ਦੋਸਤੋ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਦੇ ਨਾਲ ਵਿਅਕਤੀ ਜੋ ਹੈ ਆਦਮੀ ਜੋ ਹੈ ਲੰਬੇ ਸਮੇਂ ਤੱਕ ਜਿਵਾਂ ਰਹਿੰਦਾ ਹੈ ਦੋਸਤੋ ਕਿੰਨੇ ਸਾਰੇ ਫਾਇਦੇ ਹਨ ਜੋ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਸਨ ਐਵੇਂ ਥੋੜੀ ਉਹ ਪ੍ਰਤਾंबे ਦੇ ਬਰਤਨ ਵਿੱਚ ਪਾਣੀ ਰੱਖ ਕੇ ਪੀਂਦੇ ਸਨ ਰਾਤੀ ਰੋਤ ਸੌਣ ਲੱਗਿਆਂ ਰੋਜ ਸਰਾਣੇ ਕੋਲ ਤਾਂਬੇ ਦੇ ਬੱਤਨ ਵਿੱਚ ਪਾਣੀ ਰੱਖ ਕੇ ਪੀਂਦੇ ਥਨ ਤੇ ਸਵੇਰੇ ਉੱਠਦਿਆਂ ਸਾਰ ਨਿੰਨੇ ਕਲੇਜੇ ਪੀ ਕੇ ਤੇ ਸੈਲ ਤੇ ਨਿਕਲ ਜਾਂਦੇ ਸਨ ਦੋਸਤੋ ਬਹੁਤ ਸਾਰੇ ਫਾਇਦੇ ਹਨ ਮੈਨੂੰ ਆਸ ਹੈ ਕਿ ਤੁਸੀਂ ਵੀ ਤਾਂਬੇ ਦੇ ਬੱਤਨ ਵਿੱਚੋਂ ਪਾਣੀ ਪੀਂਦੇ ਫਾਇਦੇ ਦਾ ਲਾਂਭ ਚੁੱਕੋਗੇ ਤੁਹਾਨੂੰ ਮੇਰੀ ਵੀਡੀਓ ਕਿਹੋ ਜੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜੁਰ ਦੱਸੋ ਧੰਨਵਾਦ